ਜੀ ਅੱਜ ਤੁਹਾਨੂੰ 26 ਇੰਚ ਹਿੱਪ ਵਾਲਿਆਂ ਦੀ ਪਲਾਜ਼ੋ ਦੀ ਕਟਿੰਗ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਾਂ ਮੂਰੀ ਲਈ 2 ਇੰਚ ਛੱਡ ਲੈਣਾ ਨੀਚੇ। ਪਲਾਜ਼ੋ ਦੀ ਲੰਬਾਈ ਹੈਗੀ ਇਹਨਾਂ ਦੀ 37 ਇੰਚ। ਤੇ 2 ਇੰਚ ਉੱਪਰ ਆਪਾਂ ਇਲਾਸਟਿਕ ਲਈ ਲੈ ਲੈਣਾ ਹੈ। ਇਹਨਾਂ ਦੀ ਹਿੱਪਾਂ ਜੀ 26 ਇੰਚ, ਤੇ 26 ਦਾ ਆਪਾਂ ਹਾਫ ਕਰ ਲੈਣਾ ਹੈ 13। 13 ਦੇ ਵਿੱਚ ਆਪਾਂ 1 ਇੰਚ ਪਲੱਸ ਕਰ ਲੈਣਾ ਹੈ, ਤਾਂ 14 ਇੰਚ ਆਪਾਂ ਇਹਨਾਂ ਦੀ ਹਿੱਪ ਲਵਾਂਗੇ ਉੱਪਰੋਂ। ਆਸਣ ਆਪਾਂ ਇਹਨਾਂ ਦਾ ਲਵਾਂਗੇ 12.5 ਇੰਚ। ਇੱਥੋਂ ਆਪਾਂ ਇਹਨਾਂ ਦਾ ਆਸਣ ਦੇਖ ਲੈਣਾ ਹੁੰਦਾ ਹੈ। ਹਾਂਜੀ, 14.25 ਇੰਚ ਤੱਕ ਇਹਨਾਂ ਦਾ ਆਸਣ ਆ ਗਿਆ ਜੀ। ਚਲੋ ਹੁਣ ਆਪਾਂ ਨੀਚੇ ਮੂਰੀ ਦਾ ਨਿਸ਼ਾਨ ਲਗਾਉਂਦੇ ਹਾਂ। ਪਹਿਲਾਂ ਆਹ ਦੇਖ ਲਓ, ਆਪਾਂ ਇਸ ਨਿਸ਼ਾਨ ਤੋਂ ਲੈ ਕੇ ਐਂਚੀ ਟੇਪ ਨੂੰ ਸਿੱਧਾ ਉਹਦੇ ਨਿਸ਼ਾਨ ਲਗਾ ਲੈਣਾ ਹੈ। ਇਹ ਬਣਦਾ 16.5 ਐਂਚੀ ਟੇਪ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ, ਜੋ ਵੀ ਇਹਨਾਂ ਦੇ ਸੈਂਟਰ ਆਉਂਦਾ ਉੱਥੇ ਇੱਕ ਮਾਰਕ ਕਰ ਲਓ। ਅਤੇ ਜਿੰਨਾ ਇਹ ਕੱਪੜਾ ਇੱਧਰ ਬਚਦਾ ਹੈ 8 ਇੰਚ ਆ, ਅਤੇ 8 ਇੰਚੀ ਆਪਾਂ ਨੀਚੇ ਨਿਸ਼ਾਨ ਲਗਾ ਲੈਣਾ ਹੈ। ਇਹ ਤੋਂ ਬਾਅਦ ਆਪਾਂ ਇਹਨਾਂ ਦੀ ਬੋਟਮ ਰੱਖਣੀ ਆ ਨੀਚੇ 8 ਇੰਚ ਲੈਣੀ ਉਹਨਾਂ ਨੇ ਬੋਟਮ, 4 ਇੱਧਰ ਨੂੰ ਅਤੇ 4 ਹੀ ਆਪਾਂ ਇਸ ਤੋਂ ਇੱਧਰ ਲਾ ਲੈਣਾ ਨਿਸ਼ਾਨ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਉਰੇ 3 ਇੰਚ ਦਾ ਇੱਕ ਨਿਸ਼ਾਨ ਲਗਾਵਾਂਗੇ, ਕਿਉਂਕਿ ਇਹਨਾਂ ਦਾ ਹੈਵੀ ਨਾਪ ਹੈ ਇਸ ਕਰਕੇ। ਅਤੇ ਉਰੇ ਆਪਾਂ ਲਗਾਵਾਂਗੇ 2 ਇੰਚ ਦਾ ਨਿਸ਼ਾਨ। ਹਾਂਜੀ, ਜੋ ਹੈਵੀ ਨਾਪ ਹੁੰਦੇ ਨੇ, ਦੇਖੋ ਆਹ ਵਾਲਾ ਆਪਣਾ ਫਰੰਟ ਪੀਸ ਆ, ਅਤੇ ਜੋ ਬੈਕ ਵਾਲਾ ਹੈ ਜੋ ਹੈਵੀ ਨੇ, ਉਹਨਾਂ ਦਾ 2.5 ਜਾਂ 3 ਇੰਚ ਲੈ ਸਕਦੇ ਹਾਂ ਆਪਾਂ ਇੱਥੋਂ। ਇਹ ਮੈਂ 3 ਇੰਚ 'ਤੇ ਮਾਰਕ ਕਰੂੰਗੀ, ਅਤੇ ਨੀਚੇ ਤੋਂ ਮੈਂ ਲਊਂਗੀ ਉਹਨਾਂ ਦਾ 1.5 ਇੰਚ ਐਕਸਟਰਾ, ਅਤੇ ਸਕੇਲ ਨਾਲ ਆਪਾਂ ਇਹਦੀ ਸ਼ੇਪ ਦੇ ਦਾਂਗੇ ਇਹਨੂੰ।